ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ। ਹੋਰ ਵੀਰੇ ਠੀਕ ਹੋ ਜੀ ਸਾਰੇ ਜਣੇ? ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਹੋਰ ਵੀਰੇ ਜੀ ਕੂਦ ਤਾਂ ਠੀਕ ਨੇ ਸਭ ਦੇ, ਪਰਮਾਤਮਾ ਦੀ ਕਿਰਪਾ ਨਾਲ ਜੀ ਆਪਣੇ ਵੀ ਕੂਦ ਤਾਂ ਠੀਕ ਨੇ। ਆਪਣੇ ਨਾ ਵੀਰੇ ਪਰਸੋਂ ਬੱਚੇ ਡਾਹੇ ਸੀਗੇ ਜੀ, ਉਹ ਬੱਚੇ ਆਪਾਂ ਡਾਹਤੇ ਦੂਜੇ ਲੋਟੇ ਜੀ, ਵੀ ਬਿਨਾਂ ਫੰਘ ਕੱਟਿਆਂ ਤੋਂ ਤੁਹਾਨੂੰ ਦਿਖਾਉਣਾ ਜੀ। ਦਿਖਾਈ ਮਾਨੇ ਇੱਥੇ ਦਿਖਾ ਕੇ ਦਿਖਾਵੋ ਤਾਂ, ਆਹ ਬੱਚਾ ਸੀਗਾ ਜੀ ਆਪਣਾ, ਇਹ ਆਪਾਂ ਨੇ ਬਿਨਾਂ ਫੰਘ ਕੱਟਿਆਂ ਤੋਂ ਡਾਹਤਾ, ਠੀਕ ਹੈ ਜੀ। ਬੱਚਾ ਚੈੱਕ ਕਰ ਲਓ ਵੀਰੇ ਆਪਣਾ, ਫੰਘ ਚੈੱਕ ਕਰੋ ਬੱਚੇ ਦੇ, ਅਤੇ ਆਪਾਂ ਨੇ ਵੀਰੇ ਇਹਦੇ ਨਾ ਫੰਘ ਕੱਟਣੇ ਨੇ, ਅਤੇ ਤੁਹਾਨੂੰ ਦਿਖਾਉਣਾ ਜੀ ਕਿਵੇਂ ਕੱਟਣੇ ਨੇ। ਆਹ ਦੇਖੋ ਜੀ ਕਬੂਤਰ ਦੀਆਂ ਪਹਿਲਾਂ ਅੱਖਾਂ ਅੱਖਾਂ ਦਿਖਾਵਣ ਨੇ ਸਮਾਨ ਗਿਆ। ਆਹ ਬੱਚਾ ਜੀ ਆਪਣਾ, ਇਹ ਚੈੱਕ ਕਰ ਲਓ ਪੀਲੀਆਂ ਅੱਖਾਂ ਦਾ ਲਾਲ ਚੀਨਾ ਬੱਚਾ ਵੀਰੇ ਇਹਦਾ। ਵੀਰੇ ਤੁਹਾਨੂੰ ਦੱਸ ਰਿਹਾ ਹੁਣ ਆਪਾਂ ਨੇ ਕਿਵੇਂ ਬੱਚੇ ਦੀ ਕੰਨੀਆਂ ਕੱਟਣੀਆਂ ਨੇ। ਮਾਨੇ ਖੋਲੀ ਫੰਘੇ ਤਾਂ, ਜਿਵੇਂ ਵੀਰੇ ਇਹਦਾ ਇੱਕ ਫੰਘ ਤਾਂ ਆਪਾਂ ਨੇ ਆਹ ਕੱਟ ਦੇਣਾ ਜੀ, ਸਿਰੇ ਵਾਲੀ ਕੰਨੀ ਅੱਧੀ ਕੱਟ ਦੇਣੀ, ਠੀਕ ਹੈ ਜੀ। ਕੱਟਤੀ ਆਹ, ਅਤੇ ਇਹਦੇ ਵਿੱਚੋਂ ਫੰਘ ਕੱਟ ਦੇਣਾ ਜੀ, ਅਤੇ ਇੱਕ ਫੰਘ ਆਪਾਂ ਨੇ ਆਹ ਕੱਟ ਦੇਣਾ ਜੀ। ਆਹ ਦੋ ਹੋ ਗਏ, ਇੱਕ ਨਹੀਂ ਆਪਾਂ ਉੱਧਰਲੇ ਪਾਸਿਓਂ ਕੱਟਣੇ ਨੇ, ਇਹ ਆਪਾਂ ਨੇ ਮੈਂ ਦੰਦ ਨਾਲ ਕੱਟਤਾ ਸੀ ਆਹ ਵਾਲਾ, ਅਤੇ ਇੱਕ ਆਪਾਂ ਕੱਟ ਦਿੰਦੇ ਹਾਂ ਆਹ ਵਾਲਾ। ਦਿਖਾਈ ਮੈਨੇ ਮਾੜਾ ਜਿਹਾ, ਆਹ ਦੇਖੋ ਵੀਰੇ ਕਰੋ ਚੈੱਕ ਵੀਰੇ, ਆਪਾਂ ਇਹਦੇ ਫੰਘ ਕੱਟੇ ਨੇ ਵੀਰੇ। ਇੱਧਰਲਾ ਪੱਲਾ ਵੀ ਖੋਲ੍ਹ ਕੇ ਦਿਖਾ ਦੇ ਮੈਨੇ, ਇਹ ਇੱਕਣਾ ਵੀਰੇ ਫੰਘ ਕੱਟਣ ਦਾ ਬੱਚਾ ਆਪਣਾ ਉੱਚਾ ਨਹੀਂ ਜਾਊਗਾ ਜੀ, ਆਪਾਂ ਨੂੰ ਇਹ ਬੈਨੀਫਿਟ ਇਹਦਾ। ਅਤੇ ਦੂਜਾ ਵੀਰੇ ਇਹ ਬੱਚੇ ਆਪਣੇ ਨੀਵੇਂ ਨੀਵੇਂ ਫਿਰਨਗੇ ਅਤੇ ਛੇਤੀ ਬਹਿ ਜਾਣਗੇ, ਮਾਨੇ ਔਖਾ ਚੜੂ ਮਾੜਾ ਚਾੜੀ ਜਾਣ ਵਾਲਾ ਹੀ, ਜ਼ੋਰ ਲਾ ਕੇ ਡਾਈ ਮਾੜਾ ਜਿਹਾ। ਉਹ ਡਾਤਾ ਵੀਰੇ ਆਪਾਂ ਨੇ ਬੱਚਾ, ਲਓ ਜੀ ਇਹ ਵੀਰੇ ਆਪਣੇ ਮਾਰਤੀ ਦੀ ਮੁੱਠੀ, ਨੀਵੇਂ ਉੱਡਣਗੇ ਵੀਰੇ, ਠੀਕ ਹੈ ਜੀ। ਨਹੀਂ ਥੋੜ੍ਹੇ ਉਡਾਉਣੇ ਔਖੇ ਨੇ ਵੀਰੇ, ਪਰ ਜਿਹੜੀ ਐਂ ਉੱਡਣਗੇ ਤਾਂ ਛੇਤੀ ਨੀਵੇਂ ਨੀਵੇਂ ਹੀ ਰਹਿਣਗੇ, ਅੱਧਾ ਘੰਟਾ ਘੰਟਾ ਕੇ ਉੱਡ ਜਾਣ ਬਹੁਤ ਨੇ ਵੀਰੇ। ਜਿਹੜੀ ਐਂ ਆ ਬੱਚੇ ਕਸ਼ਾਂ ਬਣ ਜਾਂਦੀਆਂ ਨੇ, ਇੱਕ ਤਾਂ ਵੀਰੇ ਇਹਨਾਂ ਦੇ ਉੱਤੇ ਗਾਹਾਂ ਵਾਲੇ ਸਾਲ ਨੂੰ ਜਦ ਆਪਾਂ ਦੁਬਾਰਾ ਵੀਰੇ ਬੱਚੇ ਕੱਢਣੇ ਨੇ ਤਾਂ ਆਪਾਂ ਨੂੰ ਔਖਾ ਨਹੀਂ ਕਰਦੇ ਹੈਗੇ, ਇਹਨਾਂ ਦਾ ਬੈਨੀਫਿਟ ਇਹ ਆ ਜੀ, ਇਹਨਾਂ ਕਰਕੇ ਆਪਾਂ ਇੱਕਣਾ ਡਾਉਂਦੇ ਹਾਂ। ਅਤੇ ਇੱਕ ਬੱਚਾ ਆ ਵੀਰੇ ਪਹਿਲਾਂ ਉੱਡ ਗਿਆ ਸਾਤੋਂ, ਫਿਰ ਵੀ ਫੰਘ ਕੱਟਣੇ ਸੀਗੇ, ਠੀਕ ਹੈ ਜੀ। ਅਤੇ ਤੁਹਾਨੂੰ ਦਿਖਾਉਣਾ ਵੀਰੇ ਹੋਰ ਕਬੂਤਰਾਂ ਨੇ ਵੀ ਫੰਘ ਕੱਟ ਕੇ, ਮਾਨੇ ਇੱਕ ਕਬੂਤਰ ਹੋਰ ਚੱਕ ਪੱਤਾ, ਉਹ ਬੱਚਾ ਚੱਕ ਜਿਹੜਾ ਆਪਾਂ ਨੇ ਉੱਦਣ ਡਾਇਆ ਸੀ, ਲਾਲ ਘੰਟਾ ਹਰੀ ਝੱਲਾ ਸਾਰੇ ਟੂਸੇ ਵਾਲਾ, ਉਹ ਉੱਤੇ ਬੈਠਾ ਉੱਤੇ। ਹਾਂ 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 ਲਿਆ ਇਹਨੂੰ, ਖੋਲ ਇਹਦੇ ਫੰਘ, ਇਹਦੇ ਵੈਸੇ ਤਾਂ ਮੈਂ ਕੱਟਿਆ ਸੀਗਾ ਕੰਨੀਆਂ, ਦਿਖਾਈ ਮਾੜਾ ਸਿਰ। ਅੱਛਾ ਅੱਖਾਂ ਬਚਾ ਵੀਰੇ, ਇਹਦੀਆਂ ਅੱਖਾਂ ਆ ਗਈਆਂ ਸੀਗੀਆਂ, ਪਰਮਾਤਮਾ ਦੀ ਕਿਰਪਾ ਨਾਲ ਹੁਣ ਤਾਂ ਅੱਖਾਂ ਠੀਕ ਨੇ, ਠੀਕ ਹੈ ਜੀ। ਆਏ ਵੀਰੇ ਆਪਾਂ ਨੇ ਕੱਟਿਆ ਸੀਗਾ ਸਿਰ ਵਾਲੀ ਕੰਨੀ ਕੱਟੀ ਸੀਗੀ ਆਪਾਂ ਨੇ ਜੀ ਆਹ, ਅਤੇ ਇੱਕ ਵੀਰੇ ਹੋਰ ਕੱਟ ਦਿੰਦੇ ਆਪਾਂ ਵਿੱਚੋਂ, ਇੱਧਰੋਂ ਵੀ ਕਰ ਮੈਨੇ, ਇੱਧਰੋਂ ਵੀਰੇ ਆਪਾਂ ਨੇ ਕੱਟਿਆ ਹੋਇਆ ਫੰਘ ਜੀ, ਆਹ ਦੇਖੋ ਸਿਰੇ ਵਾਲਾ ਫੰਘ, ਅਤੇ ਇੱਕ ਆਪਾਂ ਵਿੱਚੋਂ ਹੋਰ ਕੱਟ ਦੇਣਾ ਇਹਦੇ। ਇੱਦਾਂ ਵੀਰੇ ਆਇਆ ਘੱਟ ਉੜਨਗੇ ਬੱਚੇ ਅਤੇ ਛੇਤੀ ਬਹਿ ਜਾ ਕਰਨਗੇ, ਡਾਵਾਂ ਨੇ ਇਹਨੂੰ ਵੀ ਜ਼ੋਰ ਲਾ ਕੇ ਡਾਈ ਇਹਨੂੰ ਵੀ, ਇੱਧਰ ਨੂੰ ਮਾਰ ਰਹੇ ਜ਼ੋਰ ਲੱਗ, ਇਹਦਾ ਛਤਰੀ 'ਤੇ ਬਹਿ ਗਿਆ ਵੀਰੇ। ਦੂਆ ਇਹਦਾ ਭਾਈ ਡਾ ਦੇ ਉਹ ਵਾਲਾ ਹਰੇ ਟੂਸੇ, ਇਕੱਲੇ ਹਰੇ ਟੂਸੇ ਵਾਲਾ, ਹਾਂ ਵਾਲਾ ਨਹੀਂ, ਇਹਦਾ ਵੀ ਕੱਟਣਾ, ਇਹਦਾ ਵੀ ਵੀਰੇ ਆਪਾਂ ਕੱਟਣ ਲੱਗਿਆ ਫੰਘ, ਤੁਹਾਨੂੰ ਦਿਖਾਉਣਾ ਜੀ। ਉੱਚਾ ਜਾਂਦਾ ਵੀਰੇ ਬਹੁਤ ਬਚਾ, ਇਹ ਤਾਂ ਕਰਕੇ ਕੱਟਣ ਲੱਗੇ ਆਪਾਂ ਇਹਦੇ, ਇੱਕ ਮਿੰਟ ਹੋਰ ਗਈ ਮੈਨੇ, ਉੱਧਰਲਾ ਪਾਸਾ ਵੀ ਕਰ, ਇਹ ਬਚਾ ਵੀ ਆਪਣਾ ਬਾਹਲਾ ਉੱਚਾ ਜਾਂਦਾ ਜੀ, ਤਾਂ ਕਰਕੇ ਆਪਾਂ ਫੰਘ ਥੋੜ੍ਹੇ ਤਿੰਨ ਤਿੰਨ ਕੱਟੇ ਨੇ, ਜ਼ੋਰ ਲਾ ਕੇ ਮਾਰੀ ਮੈਨੇ, ਮੈਂ ਚਾੜਦਾ ਨਹੀਂ ਵੇ, ਵੀਡੀਓ ਬਣਾ ਲਿਆ ਤੂੰ ਕਿ ਚਾੜ ਦੇਗਾ, ਜ਼ੋਰ ਲਾ ਕੇ ਚਾੜੀ, ਥੋੜ੍ਹੇ ਜਣੀ ਚਾੜਨੇ ਔਖੇ ਨੇ ਵੀਰੇ, ਜਣੀ ਚੜ੍ਹ ਜਾਂਦੇ ਨੇ, ਜ਼ੋਰ ਲਾ ਕੇ ਚੜ੍ਹਦੇ ਨੇ ਵੀਰੇ ਥੋੜ੍ਹਾ ਜਿਹਾ, ਜਣੀ ਆਇਆ ਵੀਰੇ ਛੇਤੀ ਬਹਿ ਜਾਂਦੇ ਨੇ ਯਾਰ, ਮੇਨ ਗੱਲ ਇਹ ਆ ਬਸ ਵੀ ਬੈਰੀ ਨਹੀਂ ਫੜਦੀ, ਠੀਕ ਹੈ ਜੀ। ਆਪਣਾ ਤੁਹਾਨੂੰ ਦੂਆ ਬੱਚਾ ਵੀ ਦਿਖਾਉਣਾ, ਦੂਆ ਬੱਚਾ ਵੀ ਆਪਣਾ ਨੀਵਾਂ ਨੀਵਾਂ ਜੀ ਫਿਰਦਾ, ਹਰੇ ਟੂਸੇ ਵਾਲਾ ਹਰੀ ਝੱਲ ਕਿੱਧਰ ਗਿਆ ਮੈਨੇ, ਕੱਲੀ ਹਰੀ ਝੱਲ ਵਾਲਾ ਹੁਣ ਇਹ ਦੇਖੋ ਫਿਰਦਾ ਸੀਗਾ, ਆ ਗਿਆ ਵੀਰੇ ਆਪਣਾ ਦੂਆ ਬੱਚਾ, ਆ ਕਰੋ ਵੀ ਇਹ ਚੈੱਕ, ਹਰੀ ਜਿਹਾ ਲੱਗਾ ਵੀਰੇ ਜੇ ਆਪਾਂ ਕੱਟ ਕੇ ਲਾਇਆ ਸੀਗਾ ਦੋ ਫੰਘ, ਠੀਕ ਹੈ ਜੀ। ਮਾਨੇ ਉਹ ਵੀ ਚੱਕੋ ਬਚੇ ਆਪਣੇ, ਆਹ ਉਹ ਸ਼ਾਹ ਅੱਖਾਂ ਵੀ ਚੱਕ ਕੇ ਲੈ ਕੇ ਮਾਨੇ, ਉਹ ਵੀ ਨਹੀਂ ਕੱਢਿਆ ਕਿੰਨੇ ਦਿਨ ਹੋ ਗਏ ਯਾਰ, ਉਹਨੂੰ ਵੀ ਚੱਕ,
ਇਹਨੇ ਮਾਰੇ ਉੜਨਾ ਨਹੀਂ, ਇਹਨੇ ਬਹਿ ਜਾਣਾ ਫੇਰ ਆ ਕੇ, ਇਹਨੂੰ ਕੋਈ ਬੈਠਾ ਰਹਿਣ, ਆਜੂ ਲੋਟ ਕੋਈ ਗੱਲ ਨਹੀਂ। ਵੈਸੇ ਤਾਂ ਇਹ ਗਿੱਝੇ ਹੀ ਹੋਇਆ ਜੀ, ਉਹ ਉਹਦੇ ਪਿੱਛੇ ਸ਼ਾਹ ਅੱਖਾਂ ਬੈਠਾ, ਉਹ ਲਾਲ ਘੰਡ ਵਾਲਾ। ਇਹਦੇ ਫੰਗ ਖੋਲੀ ਮਾੜੇ, ਵੈਸੇ ਤਾਂ ਇਹਦੇ ਫੰਗ ਆਪਾਂ ਨੇ ਕੱਟੇ ਹੋਏ ਨੇ ਵੀਰ, ਆ ਲਓ ਜੀ ਠੀਕ ਆ, ਦੋ ਦੋ ਫੰਗ ਕੱਟੇ ਨੇ ਗੱਭੇ ਆਪਾਂ ਇੱਕ ਇਹਦਾ, ਕੋਈ ਨਹੀਂ ਕੋਈ ਨਹੀਂ, ਘਰ ਇਹਦੇ ਨੂੰ ਇਹ ਉੱਡਦਾ ਵੱਧਦਾ ਇਹ ਬੱਚਾ, ਤਾਂ ਕੱਟਣ ਲੱਗੇ ਇਹਨੂੰ, ਇਹਨੂੰ ਵੀ ਔਖਾ ਚੜ੍ਹਨਾ ਥੋੜ੍ਹਾ, ਜ਼ੋਰ ਲਾ ਕੇ ਮਾਰੀ ਠੀਕ ਆ। ਇਹ ਵੀ ਵੀਰੇ ਛਤਰੀ ਦੇ ਬਹਿ ਗਿਆ ਠੀਕ ਆ ਜੀ, ਆ ਫੜੀ ਮਾੜਾ ਜਿਹਾ, ਆਹ ਬੱਚਾ ਚੱਕੀ ਦਿਖਾਈ ਮਾੜਾ ਮੈਨੂੰ, ਆ ਸ਼ਾਖ ਹੱਥ ਸਾਗ ਵਰਗੇ ਚੱਕੀ ਮਾੜਾ ਜਿਹਾ। ਵੈਸੇ ਤਾਂ ਵੀਰੇ ਆਪਣੇ ਬੱਚੇ ਉੱਡੇ ਹੋਏ ਨੇ ਬਹੁਤ, ਫਿਰ ਵੀ ਵੀਰੇ ਆਪਾਂ ਕਦੇ ਕਦੇ ਕੱਢੀ ਜਾਂਦੇ ਹੁੰਦੇ ਉਹਨਾਂ ਨੂੰ, ਫੰਗ ਖੋਲੀ ਮਾੜੇ ਮਾਨੇ ਦੇ ਬਾ ਠੀਕ ਹੈ, ਤਾਂ ਇੱਕ ਨਹੀਂ ਡਾ ਦੇ ਜਾਏ ਹੁੰਦਾ, ਇੱਕ ਨਹੀਂ ਕੱਢਦੇ ਹੁੰਦਾ, ਉਧਰਲਾ ਬਸਾ ਵੀ ਯਾਰ ਜ਼ੋਰ ਲਾ ਕੇ ਚੜ੍ਹੀ, ਚੱਲ ਇਹ ਵੀ ਚੜ੍ਹ ਗਿਆ ਜੀ, ਅਤੇ ਐਂ ਕਰੋ ਦੂਆ ਬਚਾ ਵੀ ਚੱਕ, ਦੂਆ ਵੀ ਕੱਢੇ ਅਤੇ ਨਾਲੇ ਉਹ ਪਿੱਛੇ ਬੈਠਾ ਹਰੇ ਘੰਡ ਵਾਲਾ ਜਿਹੜਾ, ਇਹ ਤਾਂ ਵੈਸੇ ਕੱਟੀ ਹੋਏ ਨੇ ਫੰਗ ਆਪਣੇ, ਇਹਦੇ ਦੇਖੋ ਵੀਰੇ ਇਹਦੇ ਆਪਾਂ ਨੇ ਫੰਗ ਪਹਿਲਾਂ ਹੀ ਕੱਟਤੇ ਸੀਗੇ ਜੀ, ਪਰ ਇਹਦੇ ਫੰਗ ਸੜਦੇ ਆ ਗਏ ਥੋੜ੍ਹੇ ਜਿਹੇ ਨਾ, ਉੱਧਰਲਾ ਪਾਸਾ ਵੀ ਕਰੇਗਾ ਕੱਟੇ, ਜ਼ੋਰ ਲਾ ਕੇ ਮਾਰੀ ਇਹਨੂੰ ਵੀ, ਥੱਪ ਥੱਪ ਕਰਦਾ ਫਿਰਦਾ ਵੀਰੇ ਤੁਹਾਡੇ ਸਾਹਮਣੇ ਆ, ਕਿਵੇਂ ਭੱਜੇ ਫਿਰਦੇ ਨੇ ਬੱਚੇ ਵੀਰੇ ਆਪਣੇ। ਇੱਕ ਨਾ ਡਾਊਨ ਦਾ ਫਾਇਦਾ ਬਹੁਤ ਜ਼ਿਆਦਾ ਆ ਵੀਰੇ ਠੀਕ ਆ ਜੀ, ਜਿਹੜੇ ਬੰਦਿਆਂ ਨੇ ਜਾਣੀ ਨਵੇਂ ਬੱਚੇ ਘਜਾਉਣੇ ਨੇ ਸਾਡੇ ਵਾਂਗੂ ਲੇਟ ਹੋ ਗਏ, ਉਹ ਵੀਰੇ ਆਹ ਤਰੀਕਾ ਅਪਣਾ ਸਕਦੇ ਨੇ ਵੀਰੇ, ਨਾਲੇ ਵੀਰੇ ਜੁੱਟ 'ਚ ਨਹੀਂ ਉੱਡਦੇ ਹੈਗੇ ਬੱਚੇ, ਜੁੱਟ 'ਚ ਤੁਹਾਨੂੰ ਪਤਾ ਛੇਤੀ ਭੱਜਦੇ ਭੁੱਜਦੇ ਨੇ, ਉਵੇਂ ਜੁੱਟ 'ਚ ਨਹੀਂ ਉੱਡਦੇ, ਕੋਈ ਨੀਵਾਂ ਉੱਡਦਾ ਫਿਰਦੇ ਨੇ ਵੀਰੇ ਆਪਣੇ, ਉਹ ਪਰਾਂ ਫਿਰਦੇ ਨੇ ਪਿੰਡ ਦੇ, ਨਹੀਂ 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 ਬਾ ਲਾ ਦੇ ਗੇਟ। ਚਲੋ ਠੀਕ ਆ ਵੀਰੇ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੇ ਵੀਰੇ ਵੀਡੀਓ ਵਾਲੀ ਆਪਣੀ ਚੰਗੀ ਲੱਗੀ ਤਾਂ ਮੇਰਾ ਵੀਰ ਲਾਈਕ ਸ਼ੇਅਰ ਜ਼ਰੂਰ ਕਰਿਓ ਯਾਰ, ਓਕੇ ਜੀ ਧੰਨਵਾਦ ਵੀਰੇ।